ਮਾਣ ਮੱਥੇ ਪੰਜਾਬੀਆਂ ਦੀ ਕਚਹਿਰੀ 'ਚ ਪ੍ਰੋਗਰਾਮ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ। ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਨਵੇਂ ਵਿਵਾਦਾਂ ਔਰ ਜਾਂ ਨਵੇਂ ਇੱਕ ਵੱਖਰੇ ਢੰਗ ਦੇ ਵਿਸ਼ਿਆਂ ਦੇ ਨਾਲ ਭਰਪੂਰ ਮੁੱਦਾ ਜਿਹੜਾ ਉਹ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦਾ ਹੈ ਅਤੇ ਤੁਸੀਂ ਹਮੇਸ਼ਾ ਇਸ ਨੂੰ ਪਿਆਰ ਬਖਸ਼ਦੇ ਹੋ, ਪ੍ਰੋਗਰਾਮ ਨੂੰ ਆਪਣੇ ਵਿਚਾਰ ਇਸ ਦੇ ਵਿੱਚ ਸ਼ਾਮਿਲ ਕਰਕੇ। ਇੱਕ ਗੱਲ ਜ਼ਰੂਰ ਹੈ ਕਿ ਜਦੋਂ ਪ੍ਰੋਗਰਾਮ ਤਿਆਰ ਕਰਨ ਬੈਠਦੇ ਹਾਂ ਤਾਂ ਪ੍ਰੋਗਰਾਮ ਦੀ ਹਰ ਸਤਰ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਵਿਸ਼ਾ ਬਣ ਜਾਂਦੀ ਹੈ ਔਰ ਇਹ ਜਿਹੜਾ ਹੈ ਤੈਅ ਕਰਨਾ ਜਾਂ ਇਹ ਮੁਕਰਰ ਕਰਨਾ ਕਿ ਕਿਸ ਨੂੰ ਮੁੱਦਾ ਬਣਾਇਆ ਜਾਵੇ ਆਪਣੇ ਆਪ ਦੇ ਵਿੱਚ ਹੀ ਇੱਕ ਔਖੀ ਗੱਲ ਹੋ ਜਾਂਦੀ ਹੈ। ਪਰ ਫਿਰ ਵੀ ਕੋਸ਼ਿਸ਼ ਕਰੀਦੀ ਹੈ ਕਿ ਕਿਸੇ ਸਾਰਥਿਕ ਗੱਲ ਨੂੰ, ਕਿਸੇ ਕੌਮੀ ਗੱਲ ਨੂੰ ਮੁੱਦੇ ਦੇ ਵਿਸ਼ੇ ਵਜੋਂ ਤੁਹਾਡੀ ਕਚਹਿਰੀ ਦੇ ਵਿੱਚ ਲਿਆਂਦਾ ਜਾਵੇ ਅਤੇ ਤੁਸੀਂ ਉਸ ਦੇ ਉੱਤੇ ਵਿਚਾਰ ਰੱਖ ਸਕੋ। ਔਰ ਜ਼ਿਆਦਾ ਜਾਣਕਾਰੀ ਹੁੰਦੀ ਹੈ ਕਿ ਉਹ ਵਿਸ਼ਾ ਇਸ ਤਰ੍ਹਾਂ ਦਾ ਹੋਵੇ ਜਿਸ ਦੇ ਵਿੱਚ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਨਿਭਦੀ ਹੋਵੇ, ਪਰ ਫਿਰ ਵੀ ਅਸੀਂ ਤੁਹਾਨੂੰ ਕੁਛ ਚੰਦ ਉਹਨਾਂ ਵਿਸ਼ਿਆਂ ਦੇ ਰੂਬਰੂ ਕਰਵਾਵਾਂਗੇ ਕਿ ਕੋਲਾ ਘਪਲੇ ਦੇ ਮਾਮਲੇ ਦੇ ਵਿੱਚ ਜਿਵੇਂ ਹਾਲੇ ਤੱਕ ਵੀ ਸੰਸਦ ਦੀ ਕਾਰਵਾਈ ਜਿਹੜੀ ਹੈ ਉਹ ਰੁਕੀ ਹੋਈ ਹੈ ਔਰ ਇਸ ਗੱਲ ਦੀ ਇੱਕ ਨਵਾਂ ਅਧਿਆਇ ਛੇੜਿਆ ਕਿ ਹਮੇਸ਼ਾ ਚੁੱਪ ਚੁਪੀਤੇ ਜਾਂ ਫਿਰ ਕਿਸੇ ਵੀ ਪੱਖ ਤੋਂ ਕਾਂਗਰਸ ਦਾ ਸਾਥ ਦੇਣ ਵਾਲੇ ਮੁਲਾਇਮ ਸਿੰਘ ਨੇ ਇੱਕ ਨਵਾਂ ਫਰੰਟ ਖੋਲ੍ਹਿਆ ਔਰ ਉਸ ਫਰੰਟ ਦੇ ਵਿੱਚ ਉਸ ਨੇ ਮੰਗ ਕੀਤੀ ਹੈ ਕਿ ਮੌਜੂਦਾ ਸਮੇਂ ਦੇ ਸੁਪਰੀਮ ਕੋਰਟ ਦੇ ਕਿਸੇ ਜੱਜ ਕੋਲੋਂ ਇਸ ਦੀ ਜਾਂਚ ਕਰਵਾਈ ਜਾਵੇ। ਪਰੰਤੂ ਮੁਲਾਇਮ ਸਿੰਘ ਨੇ ਫਿਰ ਵੀ ਇੱਕ ਪਾਸੇ ਤੋਂ ਜਾਂ ਇੱਕ ਵੱਖੀ ਤੋਂ ਕਾਂਗਰਸ ਦੀ ਮਦਦ ਕਰਦਿਆਂ ਇਹ ਗੱਲ ਕਹੀ ਕਿ ਇਸ ਮਸਲੇ ਦੇ ਵਿੱਚ ਸੰਸਦ ਦੀ ਕਾਰਵਾਈ ਜਿਹੜੀ ਹੈ ਉਹ ਚੱਲਣ ਦੇਣੀ ਚਾਹੀਦੀ ਹੈ, ਜਿੱਥੇ ਅੱਜ ਉਹਨਾਂ ਨੇ ਇਸ ਸੰਬੰਧੀ ਇੱਕ ਧਰਨਾ ਦੇਣ ਦੀ ਵੀ ਗੱਲ ਕਹੀ। ਉੱਥੇ ਉਹਨਾਂ ਦੇ ਨਾਲ ਸਹਿਯੋਗ ਦੇ ਤੌਰ ਦੇ ਉੱਤੇ CPM ਦੇ ਵਾਸੂਦੇਵ ਆਚਾਰੀਆ, CPI ਦੇ ਗੁਰੂਦਾਸ ਗੁਪਤਾ, ਤੇਲਗੂ ਦੇਸਮ ਦੇ ਨਾਗੇਸ਼ਵਰ ਜਿਹੜੇ ਉਹ ਸ਼ਾਮਲ ਸਨ ਔਰ ਇਹ ਤਿੰਨਾਂ ਪਾਰਟੀਆਂ ਨੇ ਜਿੱਥੇ ਮੁਲਾਇਮ ਸਿੰਘ ਦਾ ਸਹਿਯੋਗ ਦਿੱਤਾ, ਜਿੱਥੇ ਉਸਦਾ ਸਾਥ ਦਿੱਤਾ ਔਰ ਉੱਥੇ ਉਹਨਾਂ ਨੇ ਕਿਹਾ ਕਿ ਸੰਸਦ ਦੀ ਕਾਰਵਾਈ ਜਿਹੜੀ ਆ ਉਹ ਵਿਚਾਰਾਂ ਹੋਣੀਆਂ ਚਾਹੀਦੀਆਂ ਨੇ, ਚੱਲਣੀ ਚਾਹੀਦੀ ਆ ਔਰ ਉਸ ਦੇ ਨਾਲ ਸਮੁੱਚੇ ਦਾ ਸਮੁੱਚਾ ਸਿਸਟਮ ਜਿਹੜਾ ਹੈ ਉਹ ਠੱਪ ਹੋ ਕੇ ਰਹਿ ਗਿਆ। ਇਸ ਤੋਂ ਇਲਾਵਾ ਜੇਕਰ ਅਸੀਂ ਪੰਜਾਬ ਦੇ ਕੁਛ ਕੁ ਚੀਜ਼ਾਂ ਦੀ ਗੱਲ ਕਰੀਏ ਜਾਂ ਕੁਛ ਕੁ ਖਾਸ ਵਿਸ਼ਿਆਂ ਦੀ ਗੱਲ ਕਰੀਏ ਤਾਂ ਉਹ ਵਿਸ਼ੇ ਵੀ ਵਿਚਾਰਨਯੋਗ ਹਨ, ਜਿੱਥੇ ਸਿਹਤ ਵਿਭਾਗ ਦੇ ਤੌਰ ਦੇ ਉੱਤੇ ਸਰਕਾਰ ਵੱਲੋਂ ਇਹ ਦਾਅਵੇ ਜਿਤਾਏ ਜਾ ਰਹੇ ਹਨ ਕਿ ਐਂਬੂਲੈਂਸ 108 ਜਿਹੜੀ ਹੈ ਉਹ ਲੋਕਾਂ ਦੀ ਮਦਦ ਵਾਸਤੇ ਹਰ ਥਾਂ ਦੇ ਉੱਤੇ ਹੈ, ਪਰ ਕਈ ਜੋ ਖਬਰਾਂ ਨਸ਼ਰ ਹੁੰਦੀਆਂ ਨੇ ਉਹਨਾਂ ਦੇ ਵਿਚਾਰਾਂ ਦੇ ਅਨੁਸਾਰ ਐਂਬੂਲੈਂਸ 108 ਜੋ ਕਿ ਵਿਦੇਸ਼ੀ ਤਰਜ਼ ਦੇ ਉੱਤੇ ਸ਼ੁਰੂ ਕੀਤੀ ਗਈ, ਜਿਸ ਦਾ ਕੰਟਰੈਕਟ ਇੱਕ ਕੰਪਨੀ ਨੂੰ ਦਿੱਤਾ ਗਿਆ ਔਰ ਉਸ ਸੰਬੰਧ ਦੇ ਵਿੱਚ ਵੀ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਕਿਧਰੇ ਨਾ ਕਿਧਰੇ ਸਰਕਾਰ ਦੀ ਢਿੱਲ ਮੱਠ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਮੁੱਢਲੀਆਂ ਸਿਹਤ ਸੇਵਾਵਾਂ ਦੇ ਵਿੱਚ ਪੰਜਾਬ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਉਪਰਾਲਿਆਂ ਨੂੰ ਹਾਲੇ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਔਰ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੇ ਲੂਪਹੋਲ ਨੇ ਉਹ ਨਿਕਲਦੇ ਬਾਹਰ ਜਿਹੜੇ ਨੇ ਉਹ ਆਉਂਦੇ ਨੇ, ਖਾਸ ਤੌਰ ਦੇ ਉੱਤੇ ਪੇਂਡੂ ਹਲਕਿਆਂ ਦੇ ਵਿੱਚ ਜਿਹੜੇ PHC ਸੈਂਟਰ ਬਣੇ ਹੋਏ ਨੇ ਜਾਂ ਸਿਵਲ ਹਸਪਤਾਲ ਨੇ ਜਿਹੜੇ ਕਿ ਦਿਹਾਤੀ ਹਲਕਿਆਂ ਦੇ ਵਿੱਚ ਪੈਂਦੇ ਨੇ, ਜਾਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਪੇਂਡੂ ਡਿਸਪੈਂਸਰੀਆਂ ਨੇ, ਉਹਨਾਂ ਦੇ ਵਿੱਚ ਡਾਕਟਰਾਂ ਦੀ ਆਮ ਤੌਰ ਦੇ ਉੱਤੇ ਆਮਦ ਜਿਹੜੀ ਹੈ ਉਹ ਮੱਠੀ ਰਹਿੰਦੀ ਹੈ। ਇੱਕ ਜ਼ਮਾਨਾ ਸੀ ਜਦੋਂ ਕੁਝ ਦਵਾਈਆਂ ਸਰਕਾਰੀ ਹਸਪਤਾਲਾਂ ਤੋਂ ਮਿਲਦੀਆਂ ਸਨ, ਪਰ ਸਰਕਾਰ ਦਾ ਦਾਅਵਾ ਕਿ ਅੱਜ ਵੱਡੇ ਪੱਧਰ ਦੇ ਉੱਤੇ ਦਵਾਈਆਂ ਵੀ ਸਿਵਲ ਹਸਪਤਾਲਾਂ ਜਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਉਪਲਬਧ ਨੇ ਅਤੇ ਕਾਬਲ ਡਾਕਟਰ ਨੇ, ਪਰ ਸਰਕਾਰ ਦੀ ਆਪਣੀ ਇਸ ਕਮਜ਼ੋਰੀ ਦਾ ਭਾਂਡਾ ਤੋੜਦਿਆਂ ਅੰਮ੍ਰਿਤਸਰ ਤੋਂ ਵਿਧਾਇਕ ਡਾਕਟਰ ਨਵਜੋਤ ਕੌਰ ਜੋ ਕਿ ਸੰਸਦੀ ਮੁੱਖ ਸੰਸਦੀ ਸਕੱਤਰ ਹੈ ਔਰ ਸਿਹਤ ਮਾਮਲਿਆਂ ਦੇ ਨਾਲ ਉਹਨਾਂ ਦਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਜਿਹੜਾ ਹੈ ਉਹਨਾਂ ਦੇ ਕੋਲ ਉਸਦਾ ਚਾਰਜ ਵੀ ਹੈ ਸੰਸਦੀ ਸਕੱਤਰ ਦੇ ਤੌਰ ਦੇ ਉੱਤੇ, ਉਹਨਾਂ ਨੇ ਅੱਜ ਵੱਖਰੇ ਢੰਗ ਦੇ ਨਾਲ ਨਾਟਕੀ ਢੰਗ ਦੇ ਨਾਲ ਇੱਕ ਜਿਹੜਾ ਹੈ ਉਹ ਛਾਪਾ ਮਾਰਿਆ, ਜਦੋਂ ਕਿ ਡਾਕਟਰ ਨਵਜੋਤ ਕੌਰ ਸਿੱਧੂ ਜਿਹੜੀ ਹੈ ਉਹ ਸਾਂਸਦ ਅਤੇ ਕ੍ਰਿਕਟਰ ਨਵਜੋਤ ਸਿੱਧੂ ਹੋਰਾਂ ਦੀ ਧਰਮ ਪਤਨੀ ਹੈ। ਪਰ ਮੈਂ ਸਮਝਾਂਗਾ ਕਿ ਜੇਕਰ ਕੋਈ ਵੀ ਵਿਧਾਇਕ ਕਿਸੇ ਵੀ ਪਾਰਟੀ ਦੇ ਨਾਲ ਰਾਜਨੀਤਿਕ ਵਿਅਕਤੀ ਜਿਹੜਾ ਉਹ ਸੰਬੰਧ ਰੱਖਦਾ ਅਤੇ ਇਸ ਤਰ੍ਹਾਂ ਦੇ ਕੰਮ ਕਰਦਾ ਜਿਹੜਾ ਕਿ ਸਮਾਜਿਕ ਜਾਗਰੂਕਤਾ ਹੋਵੇ ਤਾਂ ਸ਼ਾਇਦ ਸਰਕਾਰੀ
ਮੁਲਾਜ਼ਮ ਜਿਹੜੇ ਨੇ ਉਹ ਆਪਣੀ ਜ਼ਿੰਮੇਵਾਰੀ ਵੱਲ ਨੂੰ ਤੁਰ ਸਕਦੇ ਨੇ। ਡਾਕਟਰ ਨਵਜੋਤ ਕੌਰ ਜਿਨ੍ਹਾਂ ਨੇ ਲੰਬਾ ਸਮਾਂ ਵਿਧਾਇਕ ਦੇ ਤੌਰ 'ਤੇ ਸਹੁੰ ਵੀ ਨਹੀਂ ਸੀ ਚੱਕੀ, ਪਰ ਉਸ ਤੋਂ ਬਾਅਦ ਰਾਜਸੀ ਹਲਕਿਆਂ ਦੇ ਵਿੱਚ ਇੱਕਦਮ ਗੰਭੀਰਤਾ ਦੇ ਨਾਲ ਤੇਜ਼ੀ ਦਿਖਾਉਂਦੇ ਆ। ਅੱਜ ਵੱਖਰੇ ਢੰਗ ਦੇ ਨਾਲ ਹੀ ਮੋਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਉਹ ਗਏ। ਉਸ ਹਸਪਤਾਲ ਦੇ ਵਿੱਚ ਉਹਨਾਂ ਨੇ ਪੇਟ ਦਰਦ ਹੋਣ ਦਾ ਬਹਾਨਾ ਪਾਇਆ ਔਰ ਆਪਣਾ ਇੱਕ ਜਾਅਲੀ ਨਾਂ ਜਿਹੜਾ ਹੈ ਉਹ ਦੱਸਿਆ। ਜਾਅਲੀ ਨਾਂ ਦੱਸਣ ਦੇ ਉੱਤੇ ਉਕਤ ਵਿਧਾਇਕਾ ਔਰ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਹੋਰਾਂ ਨੂੰ $250 ਜਮ੍ਹਾਂ ਕਰਾ ਕੇ ਬੈੱਡ ਜਿਹੜਾ ਸੀ ਉਹ ਅਲਾਟ ਕਰ ਦਿੱਤਾ ਗਿਆ ਅਤੇ ਉਪਰੰਤ ਹੀ ਸੰਗਰੂਰ ਜ਼ਿਲ੍ਹੇ ਦੇ ਕੋਹਰੀਆ ਨਗਰ ਵਿਖੇ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ SMO ਜਿਹੜੇ ਸੀ ਉਹ ਹਸਪਤਾਲ ਚਲਾ ਰਹੇ ਸਨ, ਜਿਸ ਦੀ ਕਿ ਉਹਨਾਂ ਨੂੰ ਪਹਿਲਾਂ ਹੀ ਇਲਮ ਸੀ, ਪਰ ਉਹ ਉਹਨਾਂ ਨੂੰ ਰੰਗੇ ਹੱਥੀਂ ਫੜਨਾ ਚਾਹੁੰਦੇ ਸਨ। ਉਹਨਾਂ ਨੇ ਕਾਰਵਾਈ ਕਰਦਿਆਂ ਜਦੋਂ ਡਾਕਟਰ ਸਮੀਰ ਕੌਸ਼ਕ ਜਿਹੜੇ ਸੀ ਉਹ ਅਮਰ ਹਸਪਤਾਲ ਦੇ ਵਿੱਚ ਉਹਨਾਂ ਦੀ ਚੈੱਕਅਪ ਵਾਸਤੇ ਆਏ ਤਾਂ ਉਹਨਾਂ ਨੇ ਆਪਣੇ ਅਮਲੇ ਫੈਲੇ ਨੂੰ ਔਰ ਪੁਲਿਸ ਨੂੰ ਵੀ ਬੁਲਾ ਲਿਆ, ਜਦਕਿ ਸਰਕਾਰੀ ਡਿਊਟੀ ਦੇ ਉੱਤੇ ਗੈਰ ਹਾਜ਼ਰੀ ਅਤੇ ਸਰਕਾਰੀ ਤਨਖਾਹ ਲੈਣ ਦੇ ਬਾਵਜੂਦ ਵੀ ਆਪਣਾ ਪ੍ਰਾਈਵੇਟ ਹਸਪਤਾਲ ਚਲਾ ਕੇ ਲੋਕਾਂ ਨਾਲ ਠੱਗੀ ਮਾਰਨ ਦਾ 420 ਤੱਕ ਦਾ ਵੀ ਮੁਕੱਦਮਾ ਉਕਤ SMO ਦੇ ਉੱਤੇ ਦਰਜ ਹੋਇਆ। ਇਹ ਪੰਜਾਬ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਵਿਲੱਖਣ ਘਟਨਾ ਜਿਹੜੀ ਹੈ ਉਹ ਮੰਨੀ ਜਾ ਰਹੀ ਹੈ। ਜਿੱਥੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਤਾਂ ਮੈਂ ਇਹ ਸਮਝਾਂਗਾ ਕਿ ਅੱਜ ਪਠਾਨਕੋਟ ਦੇ ਨਗਰ ਨਿਗਮ ਦੇ ਕਮਿਸ਼ਨਰ ਜਿਹੜੇ ਨੇ ਇੱਕ ਬਹੁਤ ਵੱਡਾ ਅਹੁਦਾ ਹੁੰਦਾ ਔਰ ਸਰਹੱਦੀ ਜਿਹੜਾ ਹਲਕਾ ਧਾਰ ਹੈ ਉਸ ਦੇ SDM ਦੋਹਾਂ ਨੂੰ ਹੀ 2.5 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ। ਨਗਰ ਨਿਗਮ ਦੇ ਕਮਿਸ਼ਨਰ JP ਸਿੰਘ ਅਤੇ SDM ਦੇ ਉੱਤੇ ਇੱਕ ਵਿਅਕਤੀ ਵੱਲੋਂ ਦੋਸ਼ ਸੀ ਕਿ ਉਹ ਇੱਕ ਇਮਾਰਤ ਨੂੰ ਬਣਾਉਣ ਵਾਸਤੇ ਪਰਮਿਸ਼ਨ ਦੇਣ ਵਾਸਤੇ ਉਹਨਾਂ ਕੋਲੋਂ 2.5 ਲੱਖ ਰੁਪਏ ਰਿਸ਼ਵਤ ਦੇ ਤੌਰ ਦੇ ਉੱਤੇ ਮੰਗ ਰਹੇ ਸਨ, ਜਦੋਂ ਕਿ ਵਿਜੀਲੈਂਸ ਨੇ ਦੋਹਾਂ ਹੀ ਉੱਚ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਕੇ ਹੱਥਕੜੀਆਂ ਜਿਹੜੀਆਂ ਨੇ ਉਹ ਲਾਈਆਂ। ਆਪਣੇ ਆਪ ਦੇ ਵਿੱਚ ਹੀ ਇਹ ਭ੍ਰਿਸ਼ਟਾਚਾਰ ਦੀ ਇੱਕ ਮੂੰਹ ਬੋਲ ਦੀ ਤਸਵੀਰ ਹੈ, ਪਰ ਗੱਲ ਉਸ ਤੋਂ ਵੀ ਅੱਗੇ ਚਲੇ ਜਾਂਦੀ ਹੈ ਕਿ ਜਦੋਂ ਪੰਜਾਬ ਦੀ ਇੱਕ ਮੰਤਰੀ ਜਿਹੜੇ ਗੁਲਜ਼ਾਰ ਸਿੰਘ ਰਣੀਕੇ ਹੈ, ਪਿਛਲੇ ਦਿਨ ਇੱਕ ਕੇਸ ਹੋਇਆ ਸੀ ਕਿ ਫਰਾਡ ਦੇ ਆਧਾਰ ਦੇ ਉੱਤੇ 12 ਪੰਚਾਇਤਾਂ ਦੀਆਂ ਪਿੰਡਾਂ ਨੂੰ ਅਲਾਟ ਹੋਈ ਗ੍ਰਾਂਟ ਜਿਹੜੀ ਸੀ ਫਰਜ਼ੀ ਅਕਾਊਂਟ ਖੋਲ੍ਹ ਕੇ ਉਹਨਾਂ ਦੇ PA ਵੱਲੋਂ ਜਿਹੜੀ ਹੈ ਉਹ ਖੁਰਦ ਬੁਰਦ ਕਰ ਦਿੱਤੀ ਗਈ ਔਰ ਜਿਸ ਦੀ ਰਕਮ ਜਿਹੜੀ ਹੈ ਉਹ 1,12,00,000 ਰੁਪਏ ਦੱਸੀ ਗਈ ਸੀ। ਪਰ ਉਸ ਤੋਂ ਬਾਅਦ ਸਰਕਾਰ ਦੇ ਦਬਾਅ ਦੇ ਚੱਲਦਿਆਂ ਉਕਤ ਕੇਸ ਨੂੰ ਦਬਾ ਦਿੱਤਾ ਗਿਆ ਸੀ, ਪਰ ਮੁੜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਨੇ ਇਸ ਦੇ ਉੱਤੇ ਇੱਕ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਕਾਰਵਾਈ ਕਰਦਿਆਂ ਸਮੁੱਚੀ ਜਾਂਚ ਕਰਨ ਤੋਂ ਬਾਅਦ ਇਹ ਨਤੀਜੇ ਦੇ ਉੱਤੇ ਪਹੁੰਚੀ ਕਿ ਇਹ ਘਪਲਾ 1,12,00,000 ਰੁਪਏ ਦਾ ਨਹੀਂ ਸੀ, ਜਦਕਿ ਇਹ ਘਪਲਾ 2 ਕਰੋੜ ਤੋਂ ਵੀ ਉੱਪਰ ਦੀ ਰਕਮ ਦਾ ਸੀ ਔਰ ਇਸ ਦੇ ਵਿੱਚ ਉਹਨਾਂ ਨੇ ਨਾਮਜ਼ਦ ਕੀਤਾ ਹੈ ਮੌਜੂਦਾ ਪਸ਼ੂ ਪਾਲਣ ਮੰਤਰੀ ਜਿਹੜੇ ਗੁਲਜ਼ਾਰ ਸਿੰਘ ਰਣੀਕੇ ਔਰ ਗੁਲਜ਼ਾਰ ਸਿੰਘ ਰਣੀਕੇ ਤੋਂ ਇਲਾਵਾ ਉਹਨਾਂ ਦਾ ਪੁੱਤਰ ਗੁਰਿੰਦਰ ਸਿੰਘ ਲਾਲੀ ਰਣੀਕੇ ਜਿਹੜਾ ਉਹਨਾਂ ਦਾ PA ਸਰਬਦਿਆਲ ਸਿੰਘ ਜਿਹੜਾ ਹੈ ਔਰ 12 ਪਿੰਡਾਂ ਦੇ ਫਰਜ਼ੀ ਸਰਪੰਚ ਜਿਨ੍ਹਾਂ ਦੇ ਨਾਂ 'ਤੇ ਅਕਾਊਂਟ ਖੋਲ੍ਹੇ ਗਏ ਔਰ ਉਹਨਾਂ ਨੂੰ ਵੀ ਇਸ 2 ਕਰੋੜ ਦੇ ਘਪਲੇ ਦੇ ਵਿੱਚ ਨਾਮਜ਼ਦ ਕੀਤਾ। ਜਦੋਂ ਕਿ ਇੱਥੇ ਜ਼ਿਕਰਯੋਗ ਹੈ ਕਿ ਬੈਂਕ ਆਫ ਮਹਾਰਾਸ਼ਟਰ ਦੇ ਮੈਨੇਜਰ ਓਮ ਪ੍ਰਕਾਸ਼ ਨੂੰ ਵੀ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਭਾਵੇਂ ਕਿ ਸਰਕਾਰ ਵੱਲੋਂ ਵੀ ਚੱਲਦਿਆਂ ਇਸ ਨੂੰ ਇੱਕ ਵੱਡਾ ਬਦਨਾਮੀ ਦਾ ਕੇਸ ਦੱਸਦੇ ਹੋਏ ਇਸ ਰਕਮ ਦੇ ਉੱਤੇ ਔਰ ਇਸ ਘਪਲੇ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਅੱਜ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਕਿ ਇੱਕ ਮਨੁੱਖੀ ਅਧਿਕਾਰ ਸੰਸਥਾ ਵੀ ਚਲਾ ਰਹੇ ਨੇ ਉਹਨਾਂ ਨੇ ਕੀਤੀ ਇਨਵੈਸਟੀਗੇਸ਼ਨ ਇੱਕ ਬੈਚ ਦੇ ਆਧਾਰ ਦੇ ਉੱਤੇ ਅਤੇ ਉਸ ਤੋਂ ਬਾਅਦ ਉਹ ਅਦਾਲਤੀ ਰਸਤਾ ਅਖਤਿਆਰ ਕਰਕੇ ਮੌਜੂਦਾ ਮੰਤਰੀ ਜਿਹੜੇ ਨੇ ਉਸ ਦਾ ਗੁਲਜ਼ਾਰ ਸਿੰਘ ਰਣੀਕੇ ਅਤੇ ਉਹਨਾਂ ਦੇ ਪੁੱਤਰ ਨੂੰ ਵੀ ਇਸ ਕੇਸ ਦੇ ਵਿੱਚ ਉਹਨਾਂ ਦੀ PA ਦੇ ਨਾਲ ਲਪੇਟ ਲਿਆ। ਵੇਖਣ ਵਾਲੀ ਗੱਲ ਹੈ ਕਿ ਕੇਸ ਬਹੁਤ ਵੱਡਾ ਹੈ ਕਿ 12 ਫਰਜ਼ੀ ਬੈਂਕ ਦੇ ਵਿੱਚ ਅਕਾਊਂਟ ਖੁਲਾਉਣੇ ਔਰ 12 ਹੀ ਪਿੰਡਾਂ ਦੇ ਫਰਜ਼ੀ ਸਰਪੰਚ ਖੜ੍ਹੇ ਕਰਨੇ
ਇਹ ਇੱਕ ਬਹੁਤ ਵੱਡੇ ਘਪਲੇ ਦੀ ਨਿਸ਼ਾਨੀ ਹੈ ਔਰ ਇੱਕ ਬਹੁਤ ਵੱਡਾ ਬਦਨਾਮੀ ਵਾਲਾ ਦਾਗ ਹੈ, ਜਿੱਥੇ ਕਿ ਅੱਗੇ ਵੀ ਪੰਜਾਬ ਸਰਕਾਰ ਦੇ ਮੌਜੂਦਾ ਦੋ ਮੰਤਰੀਆਂ ਨੂੰ ਅਸਤੀਫੇ ਦੇ ਕੇ ਜੇਲ੍ਹ ਤੱਕ ਦਾ ਸਫ਼ਰ ਕਰਨਾ ਪਿਆ। ਅੱਜ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਦੇ ਮਸਲੇ ਦੇ ਵਿੱਚ ਵੀ ਭਵਿੱਖ ਕੁਛ ਇਸੇ ਤਰ੍ਹਾਂ ਦਾ ਹੀ ਤੁਆਂਖਿਆ ਹੋਇਆ ਨਜ਼ਰ ਆ ਰਿਹਾ। ਜੇਕਰ ਪੰਜਾਬ ਦੀਆਂ ਜਥੇਬੰਦੀਆਂ ਇਸ ਨੂੰ ਕਾਰਗਰ ਢੰਗ ਨਾਲ ਚੱਕ ਲੈਂਦੀਆਂ ਨੇ ਤਾਂ 2 ਕਰੋੜ ਲੈਣੇ ਦੇ ਦੇਣੇ ਜਿਹੜੇ ਨੇ ਉਹ ਪੈ ਸਕਦੇ ਨੇ। ਖਬਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੋਰ ਵੀ ਸਨ, ਪਰ ਅੱਜ ਦਾ ਵਿਸ਼ਾ ਜਿਹੜਾ ਉਹ ਬੜੇ ਵੱਡੇ ਪੱਧਰ ਦੇ ਉੱਤੇ ਮੈਂ ਸਾਰਥਕ ਢੰਗ ਨਾਲ ਉਠਾਉਣਾ ਚਾਹੁੰਦਾ। ਔਰ ਅੱਜ ਦਾ ਦਿਨ ਜਿਹੜਾ ਹੈ ਉਹ ਇੱਕ ਬਹੁਤ ਅਹਿਮ ਦਿਨ ਹੈ। ਸਮੇਂ ਸਮੇਂ ਦੇ ਉੱਤੇ ਸਿੱਖ ਕੌਮ ਦੇ ਵਿੱਚ ਬਹਾਦਰ, ਸੂਰਵੀਰ, ਇਨਸਾਨ, ਵਿਦਵਾਨ ਔਰ ਇਮਾਨਦਾਰ ਲੋਕ ਜਿਹੜੇ ਨੇ ਔਰ ਜਿਨ੍ਹਾਂ ਨੇ ਇਤਿਹਾਸ ਰਚਿਆ ਉਹ ਪੈਦਾ ਹੁੰਦੇ ਰਹੇ ਨੇ, ਪਰ ਕਿਤੇ ਨਾ ਕਿਤੇ ਸਾਡੇ ਮਨ ਮੰਦਰਾਂ ਦੇ ਵਿੱਚ ਇਹ ਖਾਮੀਆਂ ਰਹੀਆਂ ਕਿ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਕਦੇ ਵੀ ਯਾਦ ਨਹੀਂ ਕੀਤਾ। ਸਿੱਖ ਇਤਿਹਾਸ ਦਾ ਇੱਕ ਅਹਿਮ ਪੱਤਰਾ, ਸਿੱਖ ਇਤਿਹਾਸ ਦਾ ਇੱਕ ਅਹਿਮ ਵਰਕਾ ਸਰਦਾਰ ਕਪੂਰ ਸਿੰਘ, ਲੋਕ ਸਰਦਾਰ ਲਿਖਦੇ ਨੇ ਪਰ ਉਹਨਾਂ ਨੇ ਹਮੇਸ਼ਾ ਆਪਣੇ ਨਾਂ ਨਾਲ ਸਰਦਾਰ ਲਿਖਿਆ। ਸਰਦਾਰ ਕਪੂਰ ਸਿੰਘ ਹੋਰਾਂ ਦੀ ਖਾਸੀਅਤ ਇਹ ਕਿ ਜਿਸ ਨੇ ਵੀ ਸਰਦਾਰ ਕਪੂਰ ਸਿੰਘ ਹੋਰਾਂ ਦੀ ਸਾਚੀ ਸਾਖੀ ਨੂੰ ਪੜ੍ਹ ਲਿਆ ਉਹ ਖੁਦ ਹੀ ਜਾਣ ਜਾਵੇਗਾ ਕਿ ਸਰਦਾਰ ਕਪੂਰ ਸਿੰਘ ਕੀ ਹਸਤੀ ਸਨ। ਜਿੱਥੇ ਧਰਮ ਯੁੱਧ ਮੋਰਚੇ ਦੇ ਪਿੱਛੇ ਉਹਨਾਂ ਦਾ ਇੱਕ ਬਹੁਤ ਵੱਡਾ ਦਿਮਾਗ ਵੀ ਕੰਮ ਕਰਦਾ ਸੀ, ਪਰ ਉਸ ਤੋਂ ਵੀ ਪਹਿਲਾਂ 1947 ਦੀ ਦੇਸ਼ ਵੰਡ ਤੋਂ ਪਹਿਲਾਂ ਵੀ ਉਹ ਅੰਗਰੇਜ਼ ਦੇ ਜ਼ਮਾਨੇ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ ਅਤੇ ICS ਉਸ ਵੇਲੇ ਵੱਜਦਾ ਸੀ ਅਧਿਕਾਰੀ ਸਨ। ਮੁਲਕ ਆਜ਼ਾਦ ਹੋਇਆ ਅਤੇ ਉਹਨਾਂ ਦੇ ਅਹੁਦੇ ਨੂੰ IAS ਕਰ ਦਿੱਤਾ ਗਿਆ ਔਰ ਉਹ IAS ਅਧਿਕਾਰੀ ਸਨ। ਪਰ ਉਸ ਵੇਲੇ ਵੀ ਜਦੋਂ ਸਿੱਖ ਕੌਮ ਹਿੰਦੁਸਤਾਨ ਦੇ ਨਾਲ ਮਿਲ ਕੇ ਰਹਿ ਰਹੀ ਸੀ ਔਰ ਇੱਕਜੁੱਟਤਾ ਵਿਖਾਈ ਗਈ, ਪਰੰਤੂ ਕੁਝ ਸਮੇਂ ਬਾਅਦ ਹੀ ਮੌਕੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੋਰਾਂ ਵੱਲੋਂ ਇੱਕ ਆਦੇਸ਼ ਜਾਰੀ ਕੀਤੇ ਗਏ ਜਿਹੜਾ ਕਿ ਸਰਕੂਲਰ ਜਿਹੜਾ ਸੀ ਉਹ ਸਿਰਫ ਅਤੇ ਸਿਰਫ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੰਡਿਆ ਗਿਆ ਕਿ ਕਾਨੂੰਨੀ ਤੌਰ ਦੇ ਉੱਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾਵਰ ਕੌਮ ਜਿਹੜੀ ਹੈ ਉਹ ਘੋਸ਼ਿਤ ਕਰ ਦੇਣ। ਇਸ ਨੂੰ ਨਾ ਸਹਾਰਦਿਆਂ ਇਸ ਨੂੰ ਜਦਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਬਿਲਕੁਲ ਗੁਪਤ ਰੱਖਣ ਦੀ ਗੱਲ ਕੀਤੀ ਗਈ, ਪਰ ਜਦੋਂ ਇਹ ਸਰਕੂਲਰ ਸਰਦਾਰ ਕਪੂਰ ਸਿੰਘ ਹੋਰਾਂ ਕੋਲ ਪਹੁੰਚਿਆ ਤਾਂ ਉਹਨਾਂ ਨੇ ਉਸੇ ਵੇਲੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਜਨਤਕ ਤੌਰ ਦੇ ਉੱਤੇ ਸਰਕਾਰ ਵੱਲੋਂ ਸਿੱਖ ਕੌਮ ਨਾਲ ਹਾਲ ਹੀ ਵਿੱਚ ਆਜ਼ਾਦੀ ਤੋਂ ਇੱਕਦਮ ਬਾਅਦ ਕੀਤੇ ਜਾ ਰਹੇ ਵੱਡੇ ਧੋਖੇ ਦਾ ਜਿੱਥੇ ਪਰਦਾਫਾਸ਼ ਕੀਤਾ ਉੱਥੇ ਸਾਚੀ ਸਾਖੀ ਦੇ ਰਚਨਹਾਰ ਔਰ ਸਮੇਂ ਸਮੇਂ ਦੇ ਉੱਤੇ ਹਰ ਸਿੱਖ ਸੰਘਰਸ਼ ਦੇ ਵਿੱਚ ਉਹਨਾਂ ਦੀ ਵਿਦਵਤਾ ਜਿਹੜੀ ਹੈ ਉਹ ਮੂੰਹ ਚੜ ਕੇ ਬੋਲਦੀ ਰਹੀ। ਅੱਜ ਜਦੋਂ ਵੀ ਕੋਈ ਸਿੱਖ ਵਿਦਵਾਨ ਕਿਸੇ ਗੱਲ ਨੂੰ ਕੋਡ ਕਰਦਾ ਤਾਂ ਉਹ ਕੋਈ ਨਾ ਕੋਈ ਗੱਲ ਜਿਹੜੀ ਹੈ ਸਰਦਾਰ ਕਪੂਰ ਸਿੰਘ ਹੋਰਾਂ ਦੀ ਕੋਡ ਕਰਦਾ। ਪਰ ਗੱਲ ਇਹ ਹੈ ਕਿ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਸ਼ਾਇਦ ਕੋਈ ਇਹੋ ਜਿਹੀ ਜਗ੍ਹਾ ਹੋਏਗੀ, ਕੋਈ ਇਹੋ ਜਿਹੀ ਸੱਥ ਹੋਏਗੀ, ਕਿਧਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਹੇਠ ਕੋਈ ਇਹੋ ਜਿਹਾ ਗੁਰਦੁਆਰਾ ਹੋਏਗਾ ਜਦ ਕਦੇ ਵੀ ਸਰਦਾਰ ਕਪੂਰ ਸਿੰਘ ਹੋਰਾਂ ਦੀ ਬਰਸੀ ਦੇ ਉੱਤੇ ਕੋਈ ਅਖੰਡ ਪਾਠ ਦਾ ਭੋਗ ਜਾਂ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਹੋਵੇ। ਸਿੱਖ ਕੌਮ ਜਿੱਥੇ ਸਰਦਾਰ ਕਪੂਰ ਸਿੰਘ ਵਰਗੀਆਂ ਹਸਤੀਆਂ ਨੂੰ ਭੁੱਲ ਰਹੀ ਹੈ ਉੱਥੇ ਮੈਂ ਇਹ ਸਮਝਾਂਗਾ ਕਿ ਅਤੀਤ ਦੇ ਮਹਾਨ ਯੋਧਿਆਂ ਨੂੰ ਨਾ ਯਾਦ ਕਰਨਾ ਵੀ ਆਪਣੇ ਆਪ ਦੇ ਵਿੱਚ ਇਤਿਹਾਸ ਦਾ ਖੁਰਾ ਖੋਜ ਮਿਟਾਉਣ ਵਾਲੀ ਗੱਲ ਹੈ। ਅੱਜ ਆਤਮ ਮੰਥਨ ਦੀ ਲੋੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅੱਜ ਆਤਮ ਮੰਥਨ ਦੀ ਲੋੜ ਹੈ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਉਹਨਾਂ ਸਿੱਖ ਜਥੇਬੰਦੀਆਂ ਨੂੰ ਕਿ ਰਲ ਕੇ ਘੱਟੋ ਘੱਟ ਇਸ ਤਰ੍ਹਾਂ ਦੇ ਮਹਾਨ ਵਿਦਵਾਨਾਂ ਦਾ, ਘੱਟੋ ਘੱਟ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਹੋਵੇ ਕਿ ਇਹ ਸਰਦਾਰ ਕਪੂਰ ਸਿੰਘ ਹੋਰਾਂ ਦੀ ਤਸਵੀਰ ਹੈ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਯੋਗਦਾਨ ਹੈ। ਉਹ ਕੀ ਕਾਰਨ ਨੇ ਕਿ ਅੱਜ ਅਸੀਂ ਆਪਣੇ ਫਰਜ਼ਾਂ ਤੋਂ ਵੀ ਕੋਤਾਹੀ ਵੱਟ ਗਏ ਹਾਂ? ਜ਼ਰੂਰੀ ਨਹੀਂ ਕਿ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ, ਇਹ ਕੰਮ ਸ਼੍ਰੋਮਣੀ ਅਕਾਲੀ ਦਲ ਜਾਂ ਜਿਹੜੇ ਹੋਰ ਕਈ ਤਰ੍ਹਾਂ ਦੇ ਅਕਾਲੀ ਦਲ ਵੀ ਬਣੇ ਹੋਏ ਨੇ ਉਹਨਾਂ ਦਾ ਵੀ ਇੱਕ ਨੈਤਿਕ ਫਰਜ਼ ਬਣਦਾ ਹੈ। ਪਰ ਅੱਜ ਵਿਦੇਸ਼ਾਂ ਦੇ ਵਿੱਚ ਕਿਧਰੇ ਨਾ ਕਿਧਰੇ ਆਵਾਜ਼ ਅਤੇ ਬੁਲੰਦ ਜਿਹੜੀ ਹੈ ਉਹਨਾਂ ਦੇ ਹੱਕ ਦੇ ਵਿੱਚ ਹੋ ਰਹੀ ਹੈ।
आओ आउण वालियां पीढ़ियां नूं अपने उन्हां महान विद्वानां ते इतिहासकारां जिन्हां ने समें समें दे उत्ते सिख कौम ते सिख धर्म वास्ते लड़ाई लड़ी, चाहे वह कलमी लड़ाई सी ते चाहे किस तरह की शमशीर की लड़ाई सी, उन्हां नूं याद करन वास्ते अज अपने मन मंदरां दा आत्म मंथन करन की लोड़ है। चंद पलां तक इस विषय के उत्ते बजुर्ग अकाली आगू जिहड़े ने उन्हां नूं असीं जिहड़ा है वह लै के आवांगे इस मंच के उत्ते। और मैं एक गल जरूर कहनी चाहवांगा कि जदों भी सार्थक ढंग दे नाल तुसीं कॉल करदे हो, उस वेले इन्हां विचारां नूं बड़ी संजीदगी नाल अपने मन मंदरां दे विच बिठा के बच्चों तक भी जिहड़ा है वह सांझा करिया करो। चंद पलां तक एक ब्रेक तो बाद सरदार मनमोहन सिंह सठियाला जिहड़े कि साबका MLA रहे ने, उन्हां नूं इस मसले दे उत्ते अज सिख सरोकारां नालों टुटदी जा रही सिख कौम दे इस विषय दे उत्ते विशेष तौर दे उत्ते चंद मिनटां वास्ते तुहाडे रूबरू करांगे। प्रोग्राम इसे रफ्तार इसे बहा दे विच जारी रहेगा, मिलदे एक छोटे जिहे ब्रेक तो बाद। माण मत्थे पंजाबियां दी कचहरी दे विच दोस्तो हाज़र होए हां प्रोग्राम मुद्दा लै के। जिवें तुहानूं पता है कि मैं जिक्र सांझा कीता कि अज एक जागदी ज़मीर दी गल करन वास्ते और समुची कौम नूं अपने फर्जा प्रति कुछ ना कुछ अपने फर्ज जिहड़े ने उह उन्हां प्रति जागरूक करन वास्ते ये अज विशा लिया है। जिथे कल सवेरे ही सरदार कपूर सिंह होरां दी 26वीं वरसी है और उस वरसी दे मौके दे उत्ते शायद ही किसी ने उन्हां नूं याद किया होवे, शायद ही अखबारों के पन्नों के उत्ते उन्हां दा जिक्र होया होवे कि सिख कौम की एक बुलंद हस्ती। पर मेरे नाल इस वेले फोन के उत्ते ने सरदार मनमोहन सिंह सठियाला जिहड़े कि साबका MLA रहे ने सठियाला हल्के तो ही, और लंबा समा जिंदगी दा उन्होंने श्रोमणी अकाली दल के संघर्षों नूं समर्पित किया। अज बकायदा तौर दे उत्ते की साड़ियां जिम्मेवारियां बनदियां ने, सब तो पहला मैं स्वागत करदा और गुरु फतेह बुलाउणा सठियाला साहब नूं। सठियाला साहब वाहिगुरु जी का खालसा वाहिगुरु जी की फतेह। जी वाहिगुरु जी का खालसा वाहिगुरु जी की फतेह। जी रियाज साहब मैं तां बहुत खुश होया जी कि तुसीं इह जिहड़ा चैनल चला रहे जे ते और जो ਸਿੱਖਾਂ ਦੀਆਂ ਜਾਂ ਜਿੰਨੀਆਂ ਵੀ ਪ੍ਰੋਮੀਨੈਂਟ ਲੀਡਰ ਜਾਂ ਸ਼ਖਸੀਅਤਾਂ ਹੋਈਆਂ ਨੇ ਜੀ, ਉਹਨਾਂ ਦੇ ਬਾਰੇ ਤੁਸੀਂ ਦੱਸਦੇ ਜੇ, ਮੈਂ ਸਮਝਾਂ ਇੰਨੀ ਸੇਵਾ ਤਾਂ ਹੋਰ ਕੋਈ ਚੈਨਲ ਨਹੀਂ ਕਰ ਸਕਦਾ। ਮਿਹਰਬਾਨੀ ਜੀ ਤੁਹਾਡੀਆਂ ਔਰ ਸਾਡੇ ਦਰਸ਼ਕਾਂ ਦੀਆਂ ਦੁਆਵਾਂ ਨੇ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਯਾਦ ਕੀਤਾ ਹੈ। ਬਹੁਤ ਬਹੁਤ ਸ਼ੁਕਰੀਆ ਸਠਿਆਲਾ ਸਾਹਿਬ। ਔਰ ਅੱਜ ਦਾ ਵਿਸ਼ਾ ਜਿਹੜਾ ਕਿ ਜਿੱਥੇ ਕੱਲ੍ਹ ਨੂੰ ਬਰਸੀ ਹੈ ਸਰਦਾਰ ਕਪੂਰ ਸਿੰਘ ਹੋਰਾਂ ਦੀ, ਔਰ ਸਰਦਾਰ ਕਪੂਰ ਸਿੰਘ ਜਿਨ੍ਹਾਂ ਨੂੰ ਕਿ ਇੱਕ ਵਿਲੱਖਣ ਅਤੇ ਵਿਸ਼ੇਸ਼ ਸਥਾਨ ਸਿੱਖ ਇਤਿਹਾਸ ਦੇ ਵਿੱਚ ਉਹ ਇੱਕ ਬਹੁਤ ਵੱਡਾ ਮੈਂ ਕਹਾਂਗਾ ਕਿ ਇਤਿਹਾਸਕ ਪੱਤਰਾ ਨੇ, ਔਰ ਜਿੱਥੇ ਤੱਕ ਮੈਂ ਇਹ ਗੱਲ ਕਹਿਣ ਦੇ ਵਿੱਚ ਕੋਤਾਹੀ ਨਹੀਂ ਵਰਤਾਂਗਾ ਕਿ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਹੋਰ ਵੱਡੀਆਂ ਸਿੱਖ ਸੰਸਥਾਵਾਂ ਪੰਜਾਬ ਦੇ ਵਿੱਚ ਵੀ ਕੰਮ ਕਰ ਰਹੀਆਂ ਹੋਣ ਜਾਂ ਕੋਈ ਵੀ ਇਸ ਤਰ੍ਹਾਂ ਦੀ ਔਰਗੇਨਾਈਜੇਸ਼ਨ ਜਿਹਦੇ ਨਾਲ ਅਕਾਲੀ ਸ਼ਬਦ ਵੀ ਲੱਗਦਾ ਹੋਵੇ, ਚਾਹੇ ਉਹ ਬਾਦਲ ਸਾਹਿਬ ਦੀ ਹੋਵੇ ਜਾਂ ਫਿਰ ਕਿਸੇ ਹੋਰ ਦੀ ਹੋਵੇ, ਇਸ ਤਰ੍ਹਾਂ ਦੀਆਂ ਮਾਣਮਤੀਆਂ ਸ਼ਖਸੀਅਤਾਂ ਨੂੰ ਯਾਦ ਨਾ ਕਰਨਾ ਜਿਹੜਾ ਹੈ ਉਹਦੇ ਬਾਰੇ 'ਚ ਤੁਹਾਡੇ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦਾ ਤੁਹਾਡਾ ਬੜਾ ਰਿਣੀ ਆ ਕਿ ਤੁਸੀਂ ਉਸ ਦਰਵੇਸ਼ ਸਿਆਸਤਦਾਨ ਨੂੰ ਜਿਹੜਾ ਬੜਾ ਵੱਡਾ ਇੱਕ ਫਿਲਾਸਫਰ ਸੀਗਾ ਜੀ, ਬਹੁਤ ਵੱਡਾ ਲਿਟਰੇਚਰ ਦਾ ਵਿਦਵਾਨ ਸੀ, ਬੜਾ ਵੱਡਾ ਹਿਸਟੋਰੀਅਨ ਸੀ ਜੀ ਜੀ, ਜਿਨ੍ਹਾਂ ਨੇ ਸੱਚੀ ਸਾਖੀ ਕਿਤਾਬ ਵੀ ਲਿਖੀ ਜੀ, ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਉਹਨਾਂ ਨੇ 1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਜਿਹੜਾ ਆ ਜੀ, ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਤੇ ਜੇ ਮੈਂ ਇਹ ਕਹਿ ਦਵਾਂ ਜੀ ਕਿ ਹੀ ਵਾਸ ਆਰਕੀਟੈਕਟ ਆਫ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਅੱਛੀ ਗੱਲ ਹੈ ਜੀ। ਤੇ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਦੇ ਵਿੱਚ ਮੈਨੂੰ ਤਾਂ ਸਭ ਤੋਂ ਗੱਲ ਤਾਂ ਤੁਸੀਂ ਬੜੀ ਵਧੀਆ ਕੀਤੀ ਆ ਕਿ ਉੱਥੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਪੂਜਣਾ ਚਾਹੀਦਾ ਜੀ ਜੀ, ਜਿਸ ਮਹਾਨ ਸ਼ਖਸੀਅਤ ਨੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਜਦੋਂ 10 ਅਕਤੂਬਰ 1947 ਨੂੰ ਜੀ ਸਰਕੂਲਰ ਜਾਰੀ ਕੀਤਾ ਹੈ ਕਿ ਸਿੱਖ ਜਰਾਇਮ ਪੇਸ਼ਾ ਕਰਾਰ ਦੇ